ਹੱਥਰਸੀ ਕਰਨ ਵਾਲੇ ਲੋਕ ਅਕਸਰ ਜਦੋਂ ਇਹ ਸਵਾਲ ਪੁੱਛਦੇ ਆ ਨਾ ਵੀ ਕਿਸਾਨਾਂ ਨੂੰ ਬਚਾਉਣਾ ਕਿਉਂ ਜ਼ਰੂਰੀ ਹੈ, ਮੈਂ ਤੁਹਾਨੂੰ ਇੱਕ ਸਿੱਧੀ ਸਪਸ਼ਟ ਗੱਲ ਦੱਸਦਾ ਵਾਂ, ਅੱਜ ਤੋਂ 10 ਸਾਲ ਪਹਿਲਾਂ, 50 ਸਾਲ ਪਹਿਲਾਂ, 70 ਸਾਲ ਪਹਿਲਾਂ ਜਿਹੜੇ ਬਜ਼ੁਰਗ ਨੇ, ਅੱਜ ਜਿਨ੍ਹਾਂ ਦੀ ਉਮਰ 70 ਸਾਲ ਆ, ਉਹਨਾਂ 'ਚ ਅੱਜ ਦੇ ਨੌਜਵਾਨ ਤੋਂ ਵੱਧ ਬੜਕ ਆ, ਕਿਉਂਕਿ ਉਹਨਾਂ ਨੂੰ ਆਪਦੇ ਵੀਰਜ ਦੀ, ਆਪਦੇ ਸਿਮਨ ਦੀ ਕਦਰ ਤੁਹਾਡੇ ਨਾਲੋਂ ਜ਼ਿਆਦਾ ਵਾ। ਲੋਕ ਗੱਲ ਕਰਦੇ ਆ ਅਸੀਂ ਹੱਥਰਸੀ ਕਰਦੇ ਹਾਂ, ਸਾਨੂੰ ਰਿਲੈਕਸੇਸ਼ਨ ਮਿਲਦੀ ਆ, ਤੁਸੀਂ ਬੇਵਕੂਫ ਬਣ ਰਹੇ ਹੋ। ਕਿਸਾਨੀ ਨੂੰ ਬਚਾਉਣਾ ਕਿਉਂ ਜ਼ਰੂਰੀ ਆ? ਜਦੋਂ ਤੁਹਾਡੀ ਡਾਇਟ ਚੰਗੀ ਨਹੀਂ ਹੋਊਗੀ, ਤੁਹਾਡੀ ਸਪਰਮ ਕੁਆਲਿਟੀ ਚੰਗੀ ਨਹੀਂ ਹੋਊਗੀ, ਜਦੋਂ ਤੁਹਾਡੀ ਸਪਰਮ ਕੁਆਲਿਟੀ ਚੰਗੀ ਨਹੀਂ ਹੋਊਗੀ, ਆਪਦੀ ਅਕਲ ਨੂੰ ਹੱਥ ਮਾਰੋ, ਕੀ ਤੁਹਾਡਾ ਜਵਾਕ ਚੰਗੀ ਕੁਆਲਿਟੀ ਦਾ ਪੈਦਾ ਹੋਊਗਾ? ਜਦੋਂ ਤੁਹਾਡਾ ਜਵਾਕ ਚੰਗੀ ਕੁਆਲਿਟੀ ਦਾ ਪੈਦਾ ਨਹੀਂ ਹੋਊਗਾ, ਤਾਂ ਕੱਲ੍ਹ ਨੂੰ ਕੀ ਤੁਸੀਂ ਆਪਦੇ ਹੱਕ ਵਾਸਤੇ ਗੱਲ ਕਰ ਸਕੋਗੇ? ਕੀ ਤੁਹਾਡੇ ਅੰਦਰ ਉਨਾ ਗੁੱਦਾ ਹੋਊਗਾ? ਕੀ ਤੁਹਾਡੇ ਅੰਦਰ ਉਨਾ ਕੌਨਫੀਡੈਂਸ ਹੋਊਗਾ ਜੋ ਅੱਜ 70 ਸਾਲ ਦੇ ਬਜ਼ੁਰਗ ਦੇ ਵਿੱਚ ਹੈ? ਤਾਂ ਹੀ ਸਿਆਣੇ ਲੋਕ ਕਹਿੰਦੇ ਆ ਪੁਰਾਣੀਆਂ ਖੁਰਾਕਾਂ ਖਾਧੀਆਂ ਹੋਈਆਂ ਨੇ, ਤਾਂ ਹੀ 70 ਸਾਲ ਦੇ ਬੰਦੇ 'ਚ ਅੱਜ ਦੀ ਡੇਟ 'ਚ ਬੜਕਾ। ਪਰ ਉਹ ਬਜ਼ੁਰਗਾਂ ਨੂੰ ਸਿਮਨ ਦੀ ਅਤੇ ਵੀਰਜ ਦੀ ਬਹੁਤ ਕਦਰ ਆ।